ਨਮਸਕਾਰ ਪ੍ਰੋਗਰਾਮ ਤਾਰੇ ਆਗਤੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। 15 ਜੂਨ 2015 ਹੈਗਾ, ਅੱਜ ਐਪੀਸੋਡ ਸਾਡਾ ਹੈ 4005। ਸੋ ਰਾਹੂ ਕਾਲ ਜਿਹੜਾ ਅੱਜ ਹੈਗਾ ਸੋਮਵਾਰ ਵਾਲੇ ਦਿਨ ਸਵੇਰ ਦੇ 7:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਇਸ ਟਾਈਮ ਪੀਰੀਅਡ ਦੇ ਵਿੱਚ ਕੋਈ ਵੀ ਸ਼ੁਭ ਕੰਮ ਨਾ ਕਰਿਓ। ਕਾਰਿਆ ਸਿੱਧੀ ਯੋਗ ਜਿਹੜਾ ਅੱਜ ਸੂਰਿਆ ਉਦੇ ਤੋਂ ਲੈ ਕੇ ਦੇਰ ਰਾਤ ਤੇ 5:07 ਤੱਕ ਹੈ, ਜਾਣੀ ਕਿ ਅਗਲੇ ਦਿਨ ਤੱਕ। ਸੋ ਨੁਸਖਾ ਨੋਟ ਕਰੋ ਕਿ ਜਿਹਨਾਂ ਨੂੰ ਕਬਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ, 50 ਗ੍ਰਾਮ ਤਿਲਾਂ ਦਾ ਚੂਰਨ ਜਿਹੜਾ ਹੈਗਾ ਉਹਦੇ ਵਿੱਚ ਗੁੜ, ਸ਼ੱਕਰ ਜਾਂ ਮਿਸਟਰੀ ਮਿਲਾਓ, ਡੇਲੀ ਤੁਸੀਂ ਜਿਹੜਾ ਹੈ ਉਹ ਲੈਣਾ, ਉਹਦੇ ਨਾਲ ਤੁਹਾਨੂੰ ਜਿਹੜਾ ਹੈ ਕਬਜ਼ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਚੁੱਕੀ। ਘਰ ਦੇ ਵਿੱਚ ਜਦੋਂ ਵੀ ਕਲਾ ਕਲੇਸ਼ ਹੁੰਦਾ ਤਾਂ ਰੋਜ਼ ਸਵੇਰੇ ਜਦੋਂ ਉੱਠਦੇ ਹੋ ਤੁਸੀਂ ਦੇਖੋ ਕਿ ਤੁਹਾਡੀ ਨੋਸਟ੍ਰਲਸ ਦਾ ਖੱਬਾ ਸਵਰ ਚੱਲਦਾ ਹੈ ਜਾਂ ਸੱਜਾ। ਜੇ ਖੱਬਾ ਸਵਰ ਚੱਲਦਾ ਤਾਂ ਤੁਸੀਂ ਫੌਰਨ ਬਿਸਤਰ ਛੱਡ ਦਿਓ ਅਤੇ ਕੰਮ ਦੇ ਵਿੱਚ ਲੱਗ ਜਾਇਓ। ਜੇ ਸੱਜਾ ਸਵਰ ਚੱਲਦਾ ਤਾਂ ਤੁਸੀਂ ਹਮੇਸ਼ਾ ਤਕੀਆ ਲੈ ਕੇ ਸੱਜੇ ਪਾਸੇ ਨੂੰ ਜਿਹੜਾ ਹੈ ਬਗਲ ਕਰਕੇ ਤਕੀਏ ਨੂੰ ਨੀਚੇ ਦਬਾ ਕੇ ਉਦੋਂ ਬਾਅਦ ਦੁਬਾਰਾ ਸੋ ਜਾਓ ਅਤੇ ਥੋੜ੍ਹੀ ਦੇਰ ਬਾਅਦ ਜਦੋਂ ਹੀ ਖੱਬਾ ਸਵਰ ਚੱਲਣ ਲੱਗ ਜਾਏਗਾ ਉੱਠਿਓ। ਇਸੇ ਵਿਧੀ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਲਾਭ ਹੋਏਗਾ, ਕਾਫੀ ਦਿਨ ਵਧੀਆ ਨਿਕਲੇਗਾ। ਸੋ ਵਾਸਤੂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਘਰ ਦੇ 6ਵੇਂ ਹਿੱਸੇ ਦੇ ਵਿੱਚ ਜਦੋਂ ਵੀ ਆਪਾਂ ਦਰਵਾਜ਼ਾ ਖੋਲ੍ਹਦੇ ਹਾਂ ਤਾਂ ਮਹਿਲਾਵਾਂ ਦੇ ਮਨ ਦੇ ਵਿੱਚ ਫਾਲਤੂ ਗਲਤ ਮਲਤ ਇੱਛਾਵਾਂ ਜਾਗ੍ਰਿਤ ਹੋਣ ਲੱਗਦੀਆਂ, ਕਰੈਕਟਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਸਿਤਾਰੇ ਐਸੀ ਹਾਲਤ ਦੇ ਵਿੱਚ ਜਦੋਂ ਸਾਊਥ ਦਿਸ਼ਾ ਦਾ ਘਰ ਹੈਗਾ। ਸੋ ਜੇ ਇੱਦਾਂ ਦੀ ਪ੍ਰੋਬਲਮ ਹੋਵੇ ਤਾਂ ਉਹਨੂੰ ਫੌਰਨ ਉਹਦਾ ਵਾਸਤੂ ਠੀਕ ਕਰਵਾ ਲੈਣਾ ਚਾਹੀਦਾ। ਚਾਰ ਮੁਖੀ ਪੀਲਾ ਰੁਦਰਾਕਸ਼ ਜਿਹੜਾ ਇਹਦੇ ਦਰਸ਼ਨ ਕਰਨ ਦੇ ਨਾਲ ਹੀ ਅਰਥ, ਧਰਮ, ਕਾਮ ਅਤੇ ਮੋਕਸ਼ ਇਨਸਾਨ ਨੂੰ ਮਿਲਦਾ ਹੈ, ਉਹਦੀ ਲਾਈਫ ਬਹੁਤ ਜ਼ਿਆਦਾ ਸੁਧਰਦੀ ਹੈ। ਰਤਨ ਦੇ ਵਿੱਚ ਗੱਲ ਕਰਦੇ ਕਿ ਹੀਰਾ ਸਾਫ਼ ਕਰਦੇ ਸਮੇਂ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਉਹਦੇ 'ਤੇ ਖਰੋਂਚ ਨਾ ਆਵੇ, ਆਪਸ ਦੇ ਵਿੱਚ ਹੀਰੇ ਰਗੜਨ ਨਾ। ਸਾਬਣ ਦੇ ਝੱਗ ਦੇ ਨਾਲ ਉਹਦੀ ਸਫਾਈ ਕਰੀਏ ਅਤੇ ਨਰਮ ਤੌਲੀਏ ਦੇ ਨਾਲ ਪੂੰਝੀਏ ਤਾਂ ਬਹੁਤ ਵਧੀਆ ਰਿਜ਼ਲਟਸ ਹੋ ਸਕਦੇ ਹੈ। ਜੋਤਿਸ਼ ਦੇ ਵਿੱਚ ਗੱਲ ਕਰਦੇ ਹਾਂ ਕਿ ਭਾਗਿਆ ਦੇ ਵਿੱਚ ਜਦੋਂ ਬਾਧਾ ਆਉਂਦੀ ਹੈ, ਕਿਉਂ ਆਉਂਦੀ ਹੈ, ਮੱਕਰ ਰਾਸ਼ੀ ਦਾ ਗੁਰੂ 5ਵੇਂ ਭਾਵ ਦੇ ਵਿੱਚ ਜਦੋਂ ਸਥਿਤ ਹੁੰਦਾ ਹੈ, ਸੋ ਐਸੀ ਹਾਲਤ ਦੇ ਵਿੱਚ ਜਦੋਂ ਵੀ ਇਹ ਪੰਚਮੇਸ਼ 12ਵੇਂ ਭਾਵ ਦੇ ਵਿੱਚ ਵੀ ਸਥਿਤੀ ਹੋਵੇ ਨਾਲ ਹੀ ਤਾਂ ਇਨਸਾਨ ਦਾ ਭਾਗਿਆ ਜਿਹੜਾ ਉਹ ਖਰਾਬ ਹੁੰਦਾ ਹੈ। ਪੰਚਮੇਸ਼ ਜਦੋਂ 12ਵੇਂ ਭਾਵ ਦੇ ਵਿੱਚ ਮੀਨ ਦੇ ਬੁੱਧ ਦੇ ਵਿੱਚ ਹੋਵੇ ਉਦੋਂ ਵੀ ਭਾਗਿਆ ਦੇ ਵਿੱਚ ਮੁਸੀਬਤ ਆ ਜਾਂਦੀ ਹੈ। ਸੋ ਪਿਆਰੇ ਦਰਸ਼ਕੋ, ਅਸੀਂ ਦੱਸ ਦਈਏ ਕਿ ਬੇਸ਼ੱਕ ਸਾਡਾ ਪ੍ਰੋਗਰਾਮ ਦਿਨ ਦੇ ਵਿੱਚ 6 ਵਾਰੀ TV 'ਤੇ ਆਉਂਦਾ, ਲੇਕਿਨ ਜੇ ਤੁਸੀਂ ਕਦੀ ਦੇਖਣਾ ਭੁੱਲ ਜਾਓ ਤਾਂ ਸਾਡੇ ਨੰਬਰ 9876220533 'ਤੇ ਤੁਸੀਂ ਸਾਨੂੰ ਐਡ ਕਰਕੇ ਵਟਸਐਪ 'ਤੇ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਭੇਜ ਦਿਓ, ਸਿਰਫ ਇੰਨਾ। ਅਸੀਂ ਤੁਹਾਨੂੰ ਆਪਣੀ ਬ੍ਰੌਡਕਾਸਟ ਲਿਸਟ 'ਚ ਐਡ ਕਰਾਂਗੇ ਅਤੇ ਅਗਲੇ ਹੀ ਦਿਨ ਤੋਂ ਤੁਹਾਨੂੰ ਸਾਡੇ ਪ੍ਰੋਗਰਾਮ ਦਾ ਯੂਟਿਊਬ ਦਾ ਲਿੰਕ ਵੀ ਮਿਲੇਗਾ ਤਾਂ ਬਹੁਤ ਸਾਰੀ ਜੋਤਿਸ਼ ਦੀ ਕੀਮਤੀ ਜਾਣਕਾਰੀ, ਕਿੱਦਣ ਕਿਹੜਾ ਡੇ ਹੈ, ਤੁਹਾਨੂੰ ਸਮਾਜ ਸੇਵਾ ਦੇ ਵੀ ਕਈ ਮੌਕੇ ਅਸੀਂ ਦੇਵਾਂਗੇ। ਫੇਸਬੁੱਕ 'ਤੇ ਵੀ ਤੁਸੀਂ ਸਾਡੇ 2 ਅਕਾਊਂਟਸ ਨੇ, ਉੱਥੋਂ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਸਾਡੇ ਪੇਜ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਲਾਈਕ ਕਰ ਸਕਦੇ ਹੋ। ਯੂਟਿਊਬ ਦੇ ਉੱਤੇ ਸਾਡੇ 800 ਤੋਂ ਜ਼ਿਆਦਾ ਐਪੀਸੋਡਸ ਪਏ ਆ, ਤੁਸੀਂ ਉੱਥੋਂ ਦੇਖ ਸਕਦੇ ਹੋ। ਜੋਤਿਸ਼ ਵੀ ਅਸੀਂ ਸਿਖਾ ਰਹੇ ਹਾਂ, ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਤੇ ਸਭ ਤੋਂ ਇੰਪੋਰਟੈਂਟ, ਸਾਡਾ ਅਖਬਾਰ ਵੋਇਸ ਆਫ ਏਸ਼ੀਅਨਸ ਜਿਹੜਾ ਹੈ ਸਾਡੇ ਸਾਰੇ ਹੀ ਕਲਾਇੰਟਸ ਦੇ ਕੋਲ ਪਹੁੰਚਦਾ ਹੈ, ਸਿਰਫ 150 ਰੁਪਏ ਦੇ ਵਿੱਚ ਇਸ ਹਫ਼ਤਾਵਾਰ ਅਖਬਾਰ ਨੂੰ ਤੁਸੀਂ ਆਪਣਾ ਘਰ ਬੈਠੇ ਬਿਠਾਏ ਵੀ ਡਾਕ ਰਾਹੀਂ ਮੰਗਵਾ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ, ਮੇਸ਼ ਰਾਸ਼ੀ ਵਾਲੇ ਜਾਤਕਾਂ ਦੇ ਲਈ ਕਿਸਮਤ ਅੱਜ ਬਹੁਤ ਵਧੀਆ, ਜੋ ਚਾਹੋਗੇ ਅੱਜ ਮਿਲ ਸਕਦਾ ਹੈ। ਵਰਿਸ਼ਠ ਰਾਸ਼ੀ ਵਾਲੇ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਹੈ। ਮਿਥੁਨ ਰਾਸ਼ੀ ਵਾਲਿਆਂ ਦੇ ਲਈ ਕਾਰੋਬਾਰੀ ਅੱਜ ਪ੍ਰੋਬਲਮਸ ਤੁਹਾਨੂੰ ਸਤਾ ਸਕਦੀਆਂ ਹੈ। ਕਰਕ ਰਾਸ਼ੀ ਵਾਲੇ, ਅੱਜ ਦਾ ਦਿਨ ਪੋਲੀਟੀਕਲ ਬੰਦਿਆਂ ਦੇ ਨਾਲ ਉੱਠਣਾ ਬੈਠਣਾ ਤੁਹਾਡਾ ਪ੍ਰੋਬਲਮ 'ਚ ਆ ਸਕਦਾ ਹੈ। ਸਿੰਘ ਰਾਸ਼ੀ ਵਾਲੇ, ਸਰਕਾਰੀ ਅਧਿਕਾਰੀਆਂ ਦੇ ਨਾਲ ਦੋਸਤੀ ਜ਼ਿਆਦਾ ਬਣ ਸਕਦੀ ਹੈ। ਕੰਨਿਆ ਰਾਸ਼ੀ ਵਾਲੇ, ਦੂਰ ਦੁਰਾਡੇ ਤੋਂ ਲੰਬੀ ਯਾਤਰਾ ਕਰਕੇ ਅੱਜ ਤੁਸੀਂ ਬੜੇ ਪ੍ਰਸੰਨ ਚਿਤ ਹੋ ਕੇ ਆਪਣੇ ਘਰ ਵਾਪਸ ਆ ਸਕਦੇ ਹੋ। ਤੁਲਾ ਰਾਸ਼ੀ ਵਾਲਿਆਂ ਦੇ ਲਈ ਮਾਨ ਸਨਮਾਨ ਅੱਜ ਅਪਮਾਨ 'ਚ ਬਦਲ ਸਕਦਾ ਹੈ। ਵਿਰਸ਼ਚਿਕ ਰਾਸ਼ੀ ਵਾਲੇ, ਅੱਜ ਤੁਹਾਡੀ ਕਹੀ ਹੋਈ ਹਰ ਗੱਲ ਪੂਰੀ ਹੋ ਸਕਦੀ ਹੈ। ਧਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਸੋਚ ਸਮਝ ਕੇ ਹਰ ਗੱਲ ਕਰਨ ਦਾ ਦਿਨ ਹੈ। ਮਕਰ ਰਾਸ਼ੀ ਵਾਲੇ, ਕਿਸਮਤ ਜਿਹੜੀ ਹੈ ਅੱਜ ਦੁਰਾਹੇ 'ਤੇ ਲਿਆ ਕੇ ਤੁਹਾਨੂੰ ਖੜਾ ਦੇਗੀ, ਜਿੱਥੇ ਫੈਸਲਾ ਲੈਣਾ ਥੋੜ੍ਹਾ ਜਿਹਾ ਟਫ ਹੋ ਜਾਏਗਾ। ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਸਾਰਾ ਦਿਨ ਪਿਆਸ ਬਹੁਤ ਜ਼ਿਆਦਾ ਲੱਗਦੀ ਰਹੇਗੀ, ਨਿੰਬੂ ਤੁਸੀਂ ਅੱਧਾ ਅੱਧਾ ਦਿਨ 'ਚ 3 ਵਾਰੀ ਜ਼ਰੂਰ ਪੀਣਾ। ਅਤੇ ਮੀਨ ਰਾਸ਼ੀ ਵਾਲਿਆਂ ਨੂੰ ਗੁਆਚੀਆਂ ਹੋਈਆਂ ਚੀਜ਼ਾਂ ਮਿਲਣ ਦੇ ਨਾਲ ਬੜਾ ਹੀ ਮਨ ਅੱਜ ਖੁਸ਼ ਹੋ ਸਕਦਾ ਹੈ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ, ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਮਿੰਦਰ,
30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ ਫੋਨ ਨੰਬਰ 94170-2533 ਤੇ 98-720-2533 ਜਾਣ ਤੋਂ ਪਹਿਲਾਂ ਇਹੀ ਕਹਾਂਗੇ ਸਭ ਤੋਂ ਵੱਡਾ ਦਰਜਾ ਮਾਂ ਦਾ ਜਦੋਂ ਵੀ ਕਰਨ ਜਾਂਦੇ ਹਾਂ ਮਾਂ ਦੇ ਚਰਨ ਛੁਕੇ ਜਾਓ ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ ਗੁਰੂ ਜਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੋ ਝੂਠ ਨਾ ਬੋਲੋ ਗਾਲਾਂ ਨਾ ਕੱਢੋ ਕਿਸੇ ਦਾ ਮਾੜਾ ਨਾ ਕਰੋ ਤਕਦੀਰ ਬਹੁਤ ਵਧੀਆ ਹੋ ਜੂਗੀ ਧੀਆਂ ਨੂੰ ਕੋਈ ਖੱਜ ਨਾ ਮਾਰੀਓ ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ ਦਸਵੰਧ ਕੱਢ ਕੇ ਨਿੱਕਮਾਂ 'ਚ ਖਰਚਦੇ ਰਹੀਓ ਬਹੁਤ ਵਧੀਆ ਲਾਈਫ ਹੋਏਗੀ ਕੱਲ੍ਹ ਫਿਰ ਮਿਲਦੇ ਹਾਂ ਨਮਸਕਾਰ